ਇਹਨਾਂ ਨੂੰ ਸਬਕ ਸਿਖਾਉਣਾ ਇਹ ਬਹੁਤ ਜ਼ਰੂਰੀ ਹੈ। ਜਿਹੜਾ ਇੱਡੇ ਵੱਡੇ ਪੈਮਾਨੇ 'ਤੇ ਗਦਾਰੀ ਕਰਕੇ ਬੰਦਾ ਜਾ ਕੇ ਬਿੱਟੂ ਨਹੀਂ ਜਿੱਤਣ ਦੇਣਾ ਭਾਵੇਂ ਕੋਈ ਆ, ਮੇਰੇ ਜਿਉਂਦਿਆਂ ਨਹੀਂ ਆਸ। ਬੀਜੇਪੀ ਇਲਜ਼ਾਮ ਲਗਾ ਰਹੀ ਹੈ ਕਿ ਤੁਹਾਡੇ ਮੈਨੀਫੈਸਟੋ 'ਤੇ ਮੁਸਲਿਮ ਲੀਗ ਦੀ ਝਲਕ ਹੈ। ਬਾਜਵਾ ਦੇ ਲਈ ਪੂਰਾ ਰੋਡ ਕਲੀਅਰ ਹੈ ਮੁੱਖ ਮੰਤਰੀ ਦੀ ਕੁਰਸੀ ਵਾਲੇ ਪਾਸੇ ਜਾਣ? ਦੇਖੋ ਇਹ ਬਿਲਕੁਲ ਬੇਬੁਨਿਆਦ ਗੱਲ ਹੈ ਸਾਰੀ। ਕੁਲਬੀਰ ਜੀਰਾ ਦਾ ਮੁਕਾਬਲਾ ਕਿਸ ਦੇ ਨਾਲ ਦੇਖਦੇ? ਮੇਰਾ ਖਿਆਲ ਕੋਈ ਬੰਦਾ ਜਿਹੜਾ ਜੇਲ੍ਹ 'ਚ ਬੈਠਾ ਸ਼ਾਇਦ ਉਹਦੇ ਨਾਲ ਹੋਵੇ। ਮੈਂ ਇੱਕ ਰੰਧਾਵਾ ਘੱਲਾਂਗਾ, ਪਹਿਲੇ ਉਹਨੂੰ ਉਠਾੜੀ ਕਾਕਾ, ਫੇਰ ਮੇਰੇ ਨਾਲ। ਮਤਲਬ ਤੁਸੀਂ ਪੰਜਾਬ ਕਾਂਗਰਸ ਦੇ ਦਾਰਾ ਸਿੰਘ? ਚਲੋ ਇਹ ਤੁਸੀਂ ਜੋ ਮਰਜ਼ੀ ਸਮਝ ਲਓ, ਉਮਰ ਦੇ ਹਿਸਾਬ ਨਾਲ ਤਾਂ ਦਾਰਾ ਸਿੰਘ ਹੀ ਹੈ ਜੀ, ਕਿਉਂਕਿ ਜੇ ਇੱਥੇ ਨਾ ਹੁੰਦੇ ਫਿਰ ਫਰਕ ਤਾਂ ਪੈਣਾ ਹੀ ਸੀ।